ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਅੱਜ ਕੀ ਪਕਾਈਏ ਨਾਮ ਕਈ ਸ਼ਾਹਕਾਰ ਅਨਵਰ ਮਸੂਦ ਸਾਹਿਬ ਦੀ ਕਲਮ ਨਾਲ ਲਿਖਿਆ ਗਿਆ ਹੈ, ਜਿਸ ਦੇ ਦੋ ਕਿਰਦਾਰ ਹੈ, ਚੌਧਰੀ ਸਾਹਿਬ ਅਤੇ ਰਹਿਮਾ। ਰਹਿਮਾ ਚੌਧਰੀ ਸਾਹਿਬ ਦਾ ਖਾਨਸਾਮਾ ਹੈ ਔਰ ਚੌਧਰੀ ਸਾਹਿਬ ਰਹਿਮੇ ਨਾਲ ਗੱਲ ਕਰ ਰਹੇ ਹੈ ਕਿ ਅੱਜ ਕੀ ਪਕਾਈਏ। ਤਾਂ ਪੇਸ਼ਾ ਖਿਦਮਤ ਹੈ ਚੌਧਰੀ ਸਾਹਿਬ, ਕਹਿੰਦੇ ਕਿ ਅੱਜ ਕੀ ਪਕਾਈਏ, ਦੱਸ ਤੇਰਾ ਕੀ ਖਿਆਲ ਹੈ। ਰਹਿਮਾ ਕਹਿੰਦਾ ਮੈਂ ਕੀ ਖਿਆਲ, ਦੱਸਾਂ ਮੇਰੀ ਕੀ ਮਜ਼ਾ ਹੈ। ਚੌਧਰੀ ਸਾਹਿਬ ਕਹਿੰਦੇ ਰਹਿੰਦੇ ਹਾਂ, ਚੱਲ ਅੱਜ ਫਿਰ ਚਸਕੇ ਹੀ ਲਾ ਲਈਏ, ਲੱਭ ਜਾਣ ਚੰਗੀਆਂ ਅਤੇ ਭਿੰਡੀਆਂ ਪਕਾ ਲਈਏ। ਰਹਿਮਾ ਕਹਿੰਦਾ ਵਾਹ ਵਾਹ, ਤੁਸਾਂ ਪੁੱਜੀਆਂ ਨੇ ਦਿਲਾਂ ਦੀਆਂ ਚੋਰੀਆਂ, ਮੇਰਾ ਵੀ ਇਹ ਦਿਲ ਅਸੀਂ ਪਕਾਈਏ ਅੱਜ ਤੋੜੀਆਂ। ਲੂਹਾਂ ਵਾਲੀ ਭਿੰਡੀ ਹੋਵੇ, ਪੋਟਾ ਪੋਟਾ ਲੰਮੀ ਹੋਵੇ, ਹਾੜੀ ਅਤੇ ਕਛੂਰ ਹੋਵੇ, ਸੋਹਣੀ ਹੋਵੇ, ਕੂਲੀ ਹੋਵੇ, ਵਿੱਚ ਹੁਣ ਪੱਕਰੇ ਅਤੇ ਪੁੱਟ ਦੀਆਂ ਬੋਟੀਆਂ, ਨਾਲ ਹੋਵਾਂ ਝਾਂਡੀਆਂ, ਤੰਦੂਰ ਦੀਆਂ ਰੋਟੀਆਂ, ਅਤੇ ਮੱਖਣ ਦਾ ਪੇੜਾ ਹੋਵੇ, ਲੱਸੀ ਦਾ ਪਿਆਲਾ ਹੋਵੇ, ਭਿੰਡੀਆਂ ਦੇ ਨਖਰੇ ਅਤੇ ਗਰਮ ਮਸਾਲਾ ਹੋਵੇ। ਭਿੰਡੀਆਂ ਬਣਾਉਣਾ ਵੀ ਤਾਂ ਕੋਈ ਕੋਈ ਜਾਣਦਾ ਹੈ, ਰਿੰਨਾ ਪਕਾਉਣਾ ਵੀ ਤਾਂ ਕੋਈ ਕੋਈ ਜਾਣਦਾ ਹੈ। ਉੱਠਾ ਫਿਰ ਚੌਧਰੀ, ਫਲਾਂ ਮੈਂ ਤਿਆਰੀਆਂ, ਭਿੰਡੀਆਂ ਬਣਾਵਾ ਅੱਜ ਰੱਜ ਕੇ ਕਰਾਈਆਂ। ਚੌਧਰੀ ਸਾਹਿਬ ਕਹਿੰਦੇ ਕਿ ਰੇਮੇ ਆ, ਹਜ਼ਾਰ ਹੋਵਾਂ ਮਜ਼ੇਦਾਰ ਭਿੰਡੀਆਂ, ਹੁੰਦੀਆਂ ਨੇ ਕੁਛ ਜ਼ਰਾ ਲੇਸਦਾਰ ਭਿੰਡੀਆਂ। ਰਹਿਮਾ ਕਹਿੰਦਾ ਦਫ਼ਾ ਕਰੋ ਚੌਧਰੀ ਜੀ, ਸਬਜ਼ੀਆਂ ਦੀ ਥੋੜ੍ਹੇ, ਸਾਨੂੰ ਇਹ ਲਸੂਰੀਆਂ ਪਕਾਉਣ ਦੀ ਕੀ ਲੋੜ ਹੈ, ਬੰਦਾ ਖਾਣੂ ਭਿੰਡੀਆਂ ਦੀ ਲੇਸ ਦੀ ਹਵਾ ਲਈ, ਇਹਦੇ ਨਾਲੋਂ ਪੌਲੀ ਦੀ ਸਵੇਸ਼ ਭਾਵੇ ਛਾੜ ਲਈ। ਚੌਧਰੀ ਸਾਹਿਬ ਕਹਿੰਦੇ ਕਿ ਫੇਰ ਕੀ ਖਿਆਲ ਹੈ ਤੇਰਾ, ਝੜੀ ਨਾ ਮਨਾ ਲਈਏ, ਜੇ ਤੂੰ ਆਖਿਆ ਰੱਬੇ ਆ ਕਰੇਲੇ ਨਾ ਪਕਾ ਲਈਏ। ਰਹਿਮਾ ਕਹਿੰਦਾ ਰੀਸ ਹੈ ਕੋਈ ਚੌਧਰੀ ਜੀ ਆਪ ਦੇ ਖਿਆਲ ਦੀ, ਜਾਂਦੀ ਹੈ ਕੋਈ ਸਬਜ਼ੀ ਕਰੇਲਿਆਂ ਦੇ ਨਾਂ ਦੀ, ਡਿੱਡ ਵਿੱਚ ਇੰਜ ਜਿਵੇਂ ਲੋ ਲੱਗ ਗਈ ਏ, ਤੁਸਾਂ ਗੱਲ ਕੀਤੀ ਹੈ ਅਤੇ ਰਾਲ ਵਗ ਪਾਈਏ। ਸੱਚ ਪੁੱਛੋ ਚੌਧਰੀ ਜੀ, ਇਹੋ ਮੇਰੀ ਰਾਏ, ਮੈਨੂੰ ਵੀ ਛੜੁੱਕ ਨਾ ਕਰੇਲਿਆਂ ਦੀ ਚਾਹ, ਚੌਧਰੀ ਜੀ ਹੋਵੇ ਜੇ ਕਰੇਲਾ ਚੰਗਾ ਪਾਲਿਆ, ਵਿੱਚ ਹੋਵੇ ਧੀਮਾ ਉੱਤੇ ਧਾਗਾ ਹੋਵੇ ਵਾਲਿਆ, ਗੰਦੀਆਂ ਟਮਾਟਰਾਂ ਦੇ ਨਾਲ ਹੋਵੇ ਧੁੰਨਿਆ, ਫਿਰ ਹੋਵੇ ਘਰ ਦੇ ਘਿਓ ਵਿੱਚ ਬੁੰਨਿਆ, ਫਿਰ ਕੋਈ ਚੌਧਰੀ ਜੀ ਉਸ ਦਾ ਸਵਾਦ ਹੈ, ਪਾਰ ਵੀ ਪਕਾਇਆ ਸੀ ਤੂੰ ਸਾਨੂੰ ਯਾਦ ਹੈ। ਚੌਧਰੀ ਸਾਹਿਬ ਕਹਿੰਦੇ ਹੋਰ ਵੀ ਬਹੁਤ, ਮੈਨੂੰ ਹਰ ਗੱਲ ਲਭਾਉਂਦੀ ਹੈ, ਰੇਮੇ ਕਰੇਲੇ ਵਿੱਚ ਘੋਰ ਦਰਬ ਹੁੰਦੀ ਹੈ। ਰਹਿਮਾ ਕਹਿੰਦਾ ਦਫ਼ਾ ਕਰੋ ਜ਼ਹਿਰ ਅਤੇ ਚਰਤਾ, ਮੈਨੂੰ ਲੱਗਦਾ ਹੈ ਨਿੰਮ ਅਤੇ ਧਰਿਕ ਦਾ ਭਰਾ, ਮੈਨੂੰ ਲੱਗਦਾ ਹੈ ਪੱਲੇ ਪੱਲੇ ਦੰਦਾਂ ਤਲੇ ਜੀ ਪਈ ਸੁੱਖ ਦੀ, ਖਾ ਮਰਨ ਲਈ ਅਤੇ ਤ੍ਰੇ ਨਹੀਂ ਮੁੱਕਦੀ, ਮੇਰੀ ਇਹ ਗੋਰੀਆਂ ਕਰੇਲਿਆਂ ਤੋਂ ਫਿੱਕੀਆਂ, ਇਹਨਾਂ ਨਾਲੋਂ ਛਾਲ ਲੁਕਨੈਣ ਦੀਆਂ ਟਿੱਕੀਆਂ। ਚੌਧਰੀ ਸਾਹਿਬ ਕਹਿੰਦੇ ਕਿ ਰਹਿਮਿਆ ਫਿਰ ਇੰਜ ਕਰ, ਤੂੰ ਹੀ ਕੋਈ ਰਾਹ ਦੇ, ਪੁੱਛੇ ਤਾਂ ਬਤਾਉਣ ਦਾ ਵੀ ਆਪਣਾ ਸਵਾਦ ਹੈ। ਰਹਿਮਾ ਕਹਿੰਦਾ ਰੱਬ ਤੁਹਾਡਾ ਭਲਾ ਕਰੇ, ਕਿੰਨੀ ਸੋਹਣੀ ਗੱਲ ਹੈ, ਇਹੋ ਜਿਹੇ ਜ਼ਾਇਕੇ ਵਾਲਾ ਹੋਰ ਕਿਹੜਾ ਫਲ ਹੈ। ਕੱਲੇ ਕੱਲੇ ਨਿਸ਼ਕ ਦੇ ਅਤੇ ਗੋਲ ਮੋਲ ਛੱਡ ਲਓ, ਚੌਧਰੀ ਜੀ ਲਾਓ ਅਤੇ ਵਤਾਓ ਚੌਲ ਛੱਡ ਲਓ। ਚੌਧਰੀ ਸਾਹਿਬ ਕਹਿੰਦੇ ਰਹਿਮਿਆ ਪਕਾਨੇ ਨੂੰ ਤਾਂ ਜੀ ਬੜਾ ਕਰਦਾ ਹੈ, ਬੂਟਿਆਂ ਦੀ ਗਰਮੀ ਤੋਂ ਜੀ ਜ਼ਰਾ ਡਰਦਾ ਹੈ। ਰਹਿਮਾ ਕਹਿੰਦਾ ਸੱਚੇ ਚੌਧਰੀ ਜੀ, ਡਿੱਡ ਕਾਨੂੰ ਬਾਲਣਾ, ਖਾਣ ਵਾਲੀ ਚੀਜ਼ ਕੋਈ ਵੇਂਗਣਾ ਦਾ ਸਾਲਣਾ, ਬਾਟਿਆਂ ਦੇ ਤੱਕ ਵਿੱਚ ਸੁੱਤਣੇ ਜ਼ਰੂਰ ਨੇ, ਕਹਾਂ ਨੂੰ ਫਕਾਈਏ ਸਾਡੇ ਢਿੱਡ ਕੋਈ ਤੰਦੂਰ ਨਹੀਂ, ਦਫ਼ਾ ਕਰੂੰ ਫਟਿਆਂ ਨੂੰ ਫਟਕਾਂ ਨੂੰ ਸਾੜੀਏ, ਅਫਸ਼ੀਆਂ ਨੂੰ ਚੌਧਰੀ ਜੀ ਘਰ ਕਾਨੂੰ ਵਾਰੀਏ, ਕਾਲਿਆਂ ਦੇ ਨਾਲ ਕਾਨੂੰ ਮਾਰੀਏ ਉਡਾਣੀਆਂ, ਸਾਡੀਆਂ ਤਾਂ ਹੈ ਅਮਰੀਕਾ ਨਾਲ ਯਾਰੀਆਂ। ਚੌਧਰੀ ਸਾਹਿਬ ਕਹਿੰਦੇ ਨੇ ਕਿ ਵੱਧ ਵੱਧ ਬੋਲਣਾ ਹੈ ਨੇ ਵੀ ਬੜ ਬੋਲਿਆ, ਸਬਜ਼ੀਆਂ ਤੋਂ ਜਾ ਤੂੰ ਸਿਆਸਤਾਂ ਨੂੰ ਭੋਲਿਆ, ਦੂਜੇ ਦੀ ਵੀ ਸੁਣ ਕੁਛ ਦੂਜੇ ਨੂੰ ਵੀ ਕਹਿਣ ਦੇ, ਹਕੂਮਤਾਂ ਦੀ ਗੱਲ ਤੂੰ ਹਕੂਮਤਾਂ 'ਤੇ ਰਹਿਣ ਦੀ, ਹਕੂਮਤਾਂ ਦੀ ਗੱਲ ਤੂੰ ਹਕੂਮਤਾਂ 'ਤੇ ਰਹਿਣ ਦੇ, ਚੰਗਾ ਫਿਰ ਪੁੱਛ ਮੇਰਾ ਕੀ ਖਿਆਲ ਹੈ। ਰਹਿਮਾ ਕਹਿੰਦਾ ਬੁੱਝ ਲਿਆ ਚੌਧਰੀ ਜੀ, ਛੋਲਿਆਂ ਦੀ ਦਾਨ ਹੈ, ਬੁੱਝ ਲਿਆ ਚੌਧਰੀ ਜੀ, ਛੋਲਿਆਂ ਦੀ ਦਾਨ ਹੈ, ਛੋਲਿਆਂ ਦੀ ਦਾਨ ਹੈ। ਸ਼ੁਕਰੀਆ ਦੋਸਤੋ, ਬਹੁਤ ਬਹੁਤ ਸ਼ੁਕਰੀਆ।